आज कृषि कानूना विच किवें सरकार दे नाल टक्कर सिख पंथ ने लिता ते चुक ना पिया सरकारां नूं। हुण सरकार समझ गई है असीं तां नहीं तोड़ सकदे इन्हां नूं, आपस च लड़ाईए हुण भरा मारू जंग। अज हरियाणे दे नाल सिख दे भरा जा लड़ रहे ने, हरियाणे दे नाल दो प्रधान लड़ पए ने, किन्ने दूर दिन दूर रह गए जिहदे नाल सारिआं नूं सानूं लड़ा के साडे उत्ते हावी हो जाणा है। जिथे सियासत दी गल है उत्थे तां देश दी सरकार दा प्रधान आपे ही कहिंदा 2024 च कोई खेतरी पार्टी नहीं रहिंदे नी। कानून गैर कानूनी तरीके दे नाल अदालत विच बनाया गया हैगा जिहड़ा सिर्फ पार्लीमेंट जिस कानून नूं बना सकदी है बिगाड़ सकदी है, उस एक्ट नूं तोड़ना जिथे पार्लीमेंट दा काम है, पार्लीमेंट नूं बाईपास करके अदालत च ਸਾਡੇ ਮਹਾਨ ਐਸ ਜੀ ਪੀ ਸੀ ਰੋਜ਼ ਅਰਦਾਸ ਚੇਪਾ ਕਰਦੇ ਹਾਂ, ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਵਾਸਤੇ ਕੁਰਬਾਨੀਆਂ ਦਿੱਤੀ। ਬੜਾ ਰੇਡ ਕਰ ਰਹੇ ਹਨ ਸਭਾ ਦੇ ਵਿਸ਼ੇਸ਼ ਸਦਨ ਨੂੰ ਲੈ ਕੇ ਪ੍ਰੋਗਰਾਮ ਜਾਰੀ ਕੀਤਾ ਗਿਆ। ਦੇਖੋ ਅੱਜ ਪੰਜਾਬ ਦੇ ਸਾਹਮਣੇ ਬਹੁਤ ਵੱਡੇ ਤੇ ਬਹੁਤ ਗੰਭੀਰ ਮੁੱਦੇ ਹਨ ਜਿੱਥੇ ਕਾਂਗਰਸ ਪਾਰਟੀ ਨੇ ਸਾਡੇ ਸੂਬੇ ਦੇ ਟੋਟੇ ਟੋਟੇ ਕੀਤੇ, ਦੇਸ਼ ਦੀ ਵੰਡ ਹੋਈ, ਪੰਜਾਬ ਨੇ ਸਭ ਤੋਂ ਵੱਡਾ ਨੁਕਸਾਨ ਝੱਲਿਆ ਤੇ ਪੰਜਾਬ ਵਿੱਚੋਂ ਹੀ ਦੂਜੇ ਸੂਬੇ ਬਣਾਏ ਗਏ, ਪੰਜਾਬੀਆਂ ਨੂੰ ਕਮਜ਼ੋਰ ਕੀਤਾ ਗਿਆ। ਅੱਜ 100 ਸਾਲ ਬਾਅਦ ਸਾਡੇ ਇਤਿਹਾਸ 'ਚ ਸਾਡੇ ਧਰਮ ਦੇ ਟੋਟੇ ਟੋਟੇ ਆ ਸਰਕਾਰ ਕਰ ਰਹੀ ਹੈ। ਜਿਹੜਾ ਨਵਾਂ ਕਾਨੂੰਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਦਾਲਤ ਵਿੱਚ ਬਣਾਇਆ ਗਿਆ ਹੈਗਾ ਜਿਹੜਾ ਸਿਰਫ ਪਾਰਲੀਮੈਂਟ ਜਿਸ ਕਾਨੂੰਨ ਨੂੰ ਬਣਾ ਸਕਦੀ ਹੈ ਵਿਗਾੜ ਸਕਦੀ ਹੈ, ਉਸ ਐਕਟ ਨੂੰ ਤੋੜਨਾ ਜਿੱਥੇ ਪਾਰਲੀਮੈਂਟ ਦਾ ਕੰਮ ਹੈ, ਪਾਰਲੀਮੈਂਟ ਨੂੰ ਬਾਈਪਾਸ ਕਰਕੇ ਅਦਾਲਤ 'ਚ ਸਾਡੇ ਮਹਾਨ ਐਸ ਜੀ ਪੀ ਸੀ ਰੋਜ਼ ਅਰਦਾਸ ਚੇਪਾ ਕਰਦੇ ਹਾਂ, ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਵਾਸਤੇ ਕੁਰਬਾਨੀਆਂ ਦਿੱਤੀ। ਅੱਜ ਉਹਨਾਂ ਕੁਰਬਾਨੀਆਂ ਦਾ ਸਦਕਾ ਜਦ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ ਉਸ ਟਾਈਮ ਅਸੀਂ ਆਪਣੇ ਧਾਰਮਿਕ ਸਥਾਨਾਂ ਨੂੰ ਆਜ਼ਾਦ ਕਰਕੇ ਇੱਕ ਮਰਿਆਦਾ ਕਾਇਮ ਕੀਤੀ, ਸਿੱਖਾਂ ਨੂੰ ਜੋੜ ਕੇ ਰੱਖਿਆ ਦੇਸ਼ਾਂ ਵਿਦੇਸ਼ਾਂ ਵਿੱਚ, ਜਿਹਦੇ ਕਰਕੇ ਸਾਨੂੰ ਤਾਕਤ ਤੇ ਸ਼ਕਤੀ ਮਿਲਦੀ ਹੈ ਇਸ ਛੋਟੀ ਜਿਹੀ ਕੌਮ ਨੂੰ। ਅੱਜ ਉਸ ਮਰਿਆਦਾ ਨੂੰ ਢਾਹ ਲਾਉਣ ਵਾਸਤੇ ਸਰਕਾਰਾਂ ਨੇ ਜਿੱਥੇ ਹਰਿਆਣਾ ਦੀ ਐਸ ਜੀ ਪੀ ਸੀ ਨੂੰ ਅੱਡ ਕਰਤਾ, ਜਿੱਥੇ ਅਦਾਲਤਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ, ਇੱਕ ਚੁਣੀ ਹੋਈ ਨੁਮਾਇੰਦਾ ਬਾਡੀ ਸਿੱਖਾਂ ਦੀ ਉਹਨੂੰ ਕਮਜ਼ੋਰ ਕਰਨ ਦੀ ਜਿਹੜੀ ਹੈ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਹ ਦਿਨ ਦੂਰ ਨਹੀਂ, ਅੱਜ ਹਰਿਆਣਾ ਵੱਖ ਹੋਈ ਹੈ, ਘਰ ਪਿੰਡ ਪਿੰਡ ਦਾ ਗੁਰਦੁਆਰਾ ਵੱਖ ਹੋਊਗਾ, ਪਿੰਡ ਪਿੰਡ 'ਚ ਆਪਣੀ ਮਰਿਆਦਾਵਾਂ ਚੱਲਣ ਗਿਆ ਤੇ ਭਰਾ ਮਾਰੂ ਜੰਗ ਦੇ ਨਾਲ ਕੱਲਾ ਸਿੱਖ ਪੰਥ ਕਮਜ਼ੋਰ ਹੋਊਗਾ। ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਬੇਨਤੀ ਕਰਦੀ ਹਾਂ, ਸੁਚੇਤ ਹੋ ਜਾਓ, ਲਾਮਬੰਦ ਹੋ ਜਾਓ। ਇਸ ਐਸ ਜੀ ਪੀ ਸੀ ਸਾਡੇ ਧਰਮ ਨੂੰ ਕਮਜ਼ੋਰ ਕਰਨ ਵਾਸਤੇ, ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ, ਜਿੱਥੋਂ ਸਾਡੀ ਸ਼ਕਤੀ ਮਿਲਦੀ ਹੈ ਇਹਨੂੰ ਕਮਜ਼ੋਰ ਕਰਨ ਵਾਸਤੇ, ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਵਿੱਚ ਹਰਿਆਣੇ ਦਾ ਪੱਖ ਪੂਰਿਆ। ਇਸ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸਰਕਾਰ ਨੇ ਹਰਿਆਣੇ ਦੀ ਭਾਸ਼ਾ ਬੋਲੀ ਤੇ ਕੱਲੀ ਤੁਹਾਡੀ ਇੱਕ ਪਾਰਟੀ ਜਿਹੜੀ ਅੱਜ ਵੀ ਇਹ ਲੜਾਈ ਲੜ ਰਹੀ ਹੈ ਆਪਣੇ ਪੰਥ ਦੀ ਖਾਤਰ, ਕਿਰਪਾ ਕਰਕੇ ਆਪਣਿਆਂ ਨੂੰ ਮਜ਼ਬੂਤ ਕਰੋ, ਲੜਨ ਲਾਇਕ ਬਣਾਓ, ਇਕੱਠੇ ਹੋ ਜਾਓ। ਜੇ ਅੱਜ ਅਸੀਂ ਇਕੱਠੇ ਨਹੀਂ ਹੋਵਾਂਗੇ ਫਿਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨਹੀਂ ਜਾਣਦੇ ਹੋਏ ਕਿ ਪਤਾ ਨਹੀਂ ਸਾਨੂੰ ਕਦੇ ਜਿੱਤ ਮਿਲੂਗੀ ਨਹੀਂ, ਲੇਕਿਨ ਤੁਹਾਡੇ ਵੱਡੇ ਵਡੇਰਿਆਂ ਨੇ ਆਪਦਾ ਖੂਨ ਡੋਲਿਆ ਇਸ ਸੰਸਥਾ ਨੂੰ, ਆਪਣੇ ਧਰਮ ਨੂੰ ਲੋਕਾਂ ਦੇ ਹੱਥਾਂ ਤੋਂ ਏਜੰਸੀਆਂ ਦੇ, ਸਰਕਾਰਾਂ ਦੇ, ਅੰਗਰੇਜ਼ਾਂ ਦੇ, ਮੁਗਲਾਂ ਦੇ ਹੱਥਾਂ ਤੋਂ, ਮਹੰਤਾਂ ਦੇ ਹੱਥਾਂ ਤੋਂ ਆਜ਼ਾਦ ਕਰਨ ਵਾਸਤੇ ਅੱਜ ਉਹ ਲੋਕੀ ਪਹਿਲੇ ਦਿੱਲੀ ਅੱਡ ਕੀਤੀ, ਅੱਜ ਹਰਿਆਣਾ ਅੱਡ ਕੀਤਾ, ਕਿੰਨੇ ਦਿਨ ਰਹਿ ਗਏ ਨੇ ਜਿੱਥੇ ਸਾਰੇ ਅੱਡ ਕਰ ਦੇਣਗੇ। ਕੀ ਨਿਸ਼ਾਨਾ ਕੀ ਨਜ਼ਰ ਆ ਰਿਹਾ ਵੀ ਬਈ ਇਹਨਾਂ ਦਾ, ਇਹਨਾਂ ਕੁਦਰਤ ਦੀ ਤਾਕਤਾਂ ਦਾ, ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ, ਸਿੱਖ ਪੰਥ ਨੂੰ ਕਮਜ਼ੋਰ ਕਰਨਾ, ਜਾਂ ਮੁੱਖ ਨਿਸ਼ਾਨਾ ਅਕਾਲੀ ਦਲ ਹੈ? ਨਿਸ਼ਾਨਾ ਸਿੱਖ ਪੰਥ ਹੈ, ਸਿੱਖ ਪੰਥ ਦੀ ਨੁਮਾਇੰਦੇ ਜਥੇਬੰਦੀਆਂ ਹਨ, ਸਿੱਖ ਪੰਥ ਦੀ ਧਾਰਮਿਕ ਸੰਸਥਾ ਹੈਗੀ, ਇਸ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਇਹਨਾਂ ਦਾ ਨਿਸ਼ਾਨਾ ਹੈ। ਅੱਜ ਕ੍ਰਿਸ਼ੀ ਕਾਨੂੰਨਾਂ ਵਿੱਚ ਕਿਵੇਂ ਸਰਕਾਰ ਦੇ ਨਾਲ ਟੱਕਰ ਸਿੱਖ ਪੰਥ ਨੇ ਲਿੱਤਾ ਤੇ ਚੁੱਕ ਨਾ ਪਿਆ ਸਰਕਾਰਾਂ ਨੂੰ, ਹੁਣ ਸਰਕਾਰ ਸਮਝ ਗਈ ਹੈ ਅਸੀਂ ਤਾਂ ਨਹੀਂ ਤੋੜ ਸਕਦੇ ਇਹਨਾਂ ਨੂੰ, ਆਪਸ 'ਚ ਲੜਾਈਏ ਹੁਣ ਭਰਾ ਮਾਰੂ ਜੰਗ। ਅੱਜ ਹਰਿਆਣੇ ਦੇ ਨਾਲ ਸਿੱਖ ਦੇ ਭਰਾ ਜਾ ਲੜ ਰਹੇ ਨੇ, ਹਰਿਆਣੇ ਦੇ ਨਾਲ ਦੋ ਪ੍ਰਧਾਨ ਲੜ ਪਏ ਨੇ ਤੇ ਕਿੰਨੇ ਦੂਰ ਦਿਨ ਦੂਰ ਰਹਿ ਗਏ ਜਿਹਦੇ ਨਾਲ ਸਾਰਿਆਂ ਨੂੰ ਸਾਨੂੰ ਲੜਾ ਕੇ ਸਾਡੇ ਉੱਤੇ ਹਾਵੀ ਹੋ ਜਾਣਾ ਹੈ। ਜਿੱਥੇ ਸਿਆਸਤ ਦੀ ਗੱਲ ਹੈ ਉੱਥੇ ਤਾਂ ਦੇਸ਼ ਦੀ ਸਰਕਾਰ ਦਾ ਪ੍ਰਧਾਨ ਆਪੇ ਹੀ ਕਹਿੰਦਾ 2024 'ਚ ਕੋਈ ਖੇਤਰੀ ਪਾਰਟੀ ਨਹੀਂ ਰਹਿੰਦੇ ਨੀ, ਨਾ ਕੋਈ ਖੇਤਰੀ ਪਾਰਟੀ ਹੋਊਗੀ, ਨਾ ਸਾਡੀ ਕਮਜ਼ੋਰ ਧਾਰਮਿਕ ਸੰਸਥਾ ਹੋਊਗੀ, ਤਾਂ ਸਿੱਖਾਂ ਦੇ ਮਸਲੇ ਦੀ ਅਗਵਾਈ ਕੌਣ ਕਰੂਗਾ ਤੇ ਲੜਾਈ ਕੌਣ ਲੜੂਗਾ? ਕੀ ਕਾਂਗਰਸ ਲੜੂਗੀ, ਕੀ ਆਮ ਆਦਮੀ ਲੜੂਗੀ, ਕੀ ਬੀਜੇਪੀ ਲੜੂਗੀ?
कल एक संस्था श्रोमणी गुरुद्वारा प्रबंधक कमेटी जेडे धार्मिक मुद्दों एक करके रखोगे तो उन्होंने पिछे लगन वास्ते एक खेतरी पार्टी जिहड़ी सिखां दी गल कर रही श्रोमणी अकाली दल बेनती करदी आ सोचो इस बारे ते बाकी गल्लां च इहनां दे बहकावे च ना आके इस मसले च सोच विचार करो कि अज किन्ना वड्डा धक्का कि पार्लियामेंट दे एक्ट नूं बाईपास करके जोर जबर दे नाल एक अदालत विच एक नवा कानून बना दिता गया इतिहास च कदे नहीं होया इह 100 सालां विच सब तों वड्डा साडे धर्म दे उत्ते ਜਿਹੜਾ ਜ਼ੋਰ ਜ਼ਬਰ ਹੋਇਆ ਆ ਹੋਇਆ ਹੈਗਾ ਸੁੱਚੀਆਂ ਤਰ੍ਹਾਂ ਨੂੰ ਅਪੀਲ ਕਰੋਗੇ ਸਿੱਖ ਜਥੇਬੰਦੀਆਂ ਨੂੰ ਮੈਂ ਹਰੇਕ ਪਾਰਟੀ ਨੂੰ ਹਰੇਕ ਸਿੱਖ ਕੌਮ ਨੂੰ ਮੈਂ ਅਪੀਲ ਕਰਦੀ ਆ ਕਿ ਇੱਕ ਪਾਸੇ ਤਾਂ ਟੈਂਕਾ ਤੋਪਾ ਨਾਲ ਇੱਕ ਸਰਕਾਰ ਨੇ ਦੇਖਣ ਚ ਅਟੈਕ ਕੀਤਾ ਸੀ ਆ ਬਿਨਾ ਦੇਖੇ ਇਸ ਤੋਂ ਵੀ ਵੱਡਾ ਅਟੈਕ ਕੀਤਾ ਜਾ ਰਿਹਾ ਇਸ ਧਰਮ ਨੂੰ ਖੇਰੂ ਖੇਰੂ ਕਰਨ ਵਾਸਤੇ ਸਾਡੀ ਮਰਿਆਦਾ ਨੂੰ ਸਾਡੇ ਸੇਵਾ ਸੰਭਾਲ ਨੂੰ ਇੱਕ ਵਾਰ ਫੇਰ ਆਪਣੇ ਕਬਜ਼ੇ 'ਚ ਕਰਨ ਵਾਸਤੇ ਦਿੱਲੀ 'ਚ ਕਰ ਲਿਆ ਹਰਿਆਣੇ 'ਚ ਕਰ ਲਿਆ ਇਹ ਸਾਡੇ ਦੇਖਦੇ ਦੇਖਦੇ ਅਸੀਂ ਹੋਣ ਦਿੱਤਾ ਹੁਣ ਸਿੱਖ ਪੰਥ ਕਿੰਨਾ ਸਮਾਂ ਤੁਸੀਂ ਹੋਰ ਲਾਓਗੇ ਜਦ ਸਾਨੂੰ ਸਾਰਿਆਂ ਨੂੰ ਖੇਰੂ ਖੇਰੂ ਕਰ ਦਾਂਗੇ ਤਾਂ ਕੋਈ ਕਿਸੇ ਨਾਲ ਖੜਨ ਵਾਲਾ ਨਹੀਂ ਹੋਊਗਾ ਅੱਜ ਲਾਮਬੰਦ ਹੋ ਜਾਓ ਇਕੱਠੇ ਹੋ ਜਾਓ ਤੇ ਇਹਨਾਂ ਸਰਕਾਰਾਂ ਦੇ ਖਿਲਾਫ ਲੜਾਈ ਲੜੋ ਜਿਹੜੇ ਇਹਨਾਂ ਨੇ ਮੁਖੌਟੇ ਬਿਠਾਏ ਹੋਏ ਨੇ ਸਿੱਖ ਬਣਾ ਕੇ ਇਹਨਾਂ ਨੇ ਅੱਗੇ ਵਿੱਚੇ ਪਾਏ ਹੋਏ ਨੇ ਇਹਨਾਂ ਤੋਂ ਸਚੇਤ ਹੋ ਜਾਓ ਨਿਤ ਨਵੇਂ ਬੰਦੇ ਅੱਗੇ ਆ ਰਹੇ ਨੇ ਇਹ ਸਾਰੀ ਏਜੰਸੀਆਂ ਦੇ ਬੰਦੇ ਨੇ ਅਸੀਂ ਦਾ ਜਿਹੜਾ ਸਮਾਂ ਸੀਗਾ ਉਹਨੂੰ ਭੁੱਲੋ ਨਾ ਉਸ ਤੋਂ ਸਿੱਖੋ ਤੇ ਲੜਾਈ ਲੜਨ ਵਾਸਤੇ ਤਿਆਰ ਹੋ ਕਿ ਅਸੀਂ ਪਹਿਲੇ ਹੀ ਇਹ ਸਾਰੀ ਚੀਜ਼ਾਂ ਨੂੰ ਨੱਪ ਦਈਏ ਸਿੱਖ ਇਕੱਠਾ ਹੈ ਇਕੱਠਾ ਰਹੂਗਾ ਸਾਡਾ ਰਾਖਾ ਪੰਥ ਦੀ ਅਗਵਾਈ ਗੁਰੂ ਸਾਹਿਬ ਕਰਦੇ ਨੇ ਪੰਥ ਇਕੱਠੇ ਹੋ ਜਾਏ ਗੁਰੂ ਸਾਹਿਬ ਅਗਵਾਈ ਕਰਕੇ ਸਾਨੂੰ ਜ਼ਰੂਰ ਫਤਿਹ